पाकिस्तान तो आ रहे पानी कारण पंजाब दे सरहदी पिंड भी खतरे दे विच ने। पंजाब कैबिनेट मंत्री कुलदीप तालीवाल करतारपुर कॉरिडोर पहुंचे सन, जिथे उन्हां पानी दी मौजूदा स्थिति दा जायजा लिया। ਬਾਬੇ ਨਾਨਕ ਦੀ ਕਿਰਪਾ ਕੇ ਜੇ ਅਸੀਂ ਵੱਲੋਂ ਜਿਹੜਾ ਖਤਰੇ ਦੇ ਵਿੱਚ ਨਹੀਂ ਗਏ, ਖਤਰੇ ਤੋਂ ਅੰਦਰ ਹਾਂ, ਪਰ ਸਥਿਤੀ ਜਿਹੜੀ ਉਹ ਨਾਜ਼ੁਕ ਹੈ। ਕੋਰੀਡੋਰ ਦੇ ਉੱਤੇ ਅੱਜ 94 ਸ਼ਰਧਾਲੂ ਜਿਹੜੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਸੀਗੇ, ਉਹਨਾਂ ਨੂੰ ਦਰਸ਼ਨ ਅਜੇ ਨਹੀਂ ਹੋ ਸਕੇ, ਪਰ ਉਹ ਪੁਲ ਤੋਂ ਦਰਸ਼ਨ ਕਰਕੇ ਵਾਪਸ ਚਲ ਗਏ। ਔਰ DC ਗੁਰਦਾਸਪੁਰ ਮੇਰੇ ਨਾਲ ਨੇ, SSP ਮੇਰੇ ਨਾਲ ਨੇ, ਇਹਨਾਂ ਨੇ ਸੰਬੰਧਿਤ ਅਥਾਰਟੀ ਨੂੰ ਲਿਖਿਆ ਕਿ ਅਗਲੇ 3 ਦਿਨ ਵਾਸਤੇ ਕੋਰੀਡੋਰ ਜਿਹੜਾ ਅਸੀਂ ਬੰਦ ਕਰਾਂਗੇ। ਔਰ ਅਸੀਂ ਜਿਹੜੇ ਜਿਹੜੇ ਕੱਲ 132 ਸ਼ਰਧਾਲੂਆਂ ਦੇ ਨਾਂ ਰਜਿਸਟਰਡ ਹੋਏ ਆ, ਸਭ ਨੂੰ ਬੇਨਤੀ ਆ ਕਿ ਉਹ ਅਜੇ 3 ਦਿਨ ਵਾਸਤੇ ਨਾ ਆਉਣ, ਕਿਉਂਕਿ ਅੱਗੇ ਪਾਣੀ ਉਹ ਸੜਕ ਦੇ ਉੱਤੇ, ਇਸ ਕਰਕੇ ਕਿਸੇ ਦਾ ਨੁਕਸਾਨ ਹੋ ਸਕਦਾ।